ਸਸ ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਵੀਡੀਓ ਬਣਾਉਣ ਦੀ ਲੋੜ ਪਈ ਹੈਗੀ ਕਾਰਨ ਇਹ ਹੈਗਾ ਜਿਹੜਾ ਜੇ ਕੁਝ ਗੱਲਾਂ ਇਹ ਜਿਹੜੀਆਂ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਆ ਪੰਜਾਬ ਪੁਲਿਸ ਦੀ ਭਰਤੀ ਦੇ ਰਿਗਾਰਡਿੰਗ ਕਿਉਂਕਿ ਤੁਹਾਨੂੰ ਸਾਰੇ ਨੂੰ ਪਤਾ ਤਾਂ ਜਿਹੜੇ ਆਨਲਾਈਨ ਫਾਰਮ ਸ਼ੁਰੂ ਹੋ ਚੁੱਕੇ ਤੇ ਬਹੁਤ ਬੱਚੇ ਦੇ ਮੈਸੇਜ ਆਈ ਜਾਂਦੇ ਜੀ ਜਿਹੜੀ ਇਹ ਸਬ ਇਨਸਪੈਕਟਰ ਦੀ ਭਰਤੀ ਹੈ ਇਹ ਆਊਗੀ ਕਿ ਨਹੀਂ ਆਊਗੀ ਐਡਿਬਾਰੇਬੇ ਸੋਰੇ ਕਾਂਸਟੇਬਲ ਦਾ ਫਾਰਮ ਭਰਨ ਵਾਲੇ ਕੈਂਡੀਡੇਟਾਂ ਵਾਸਤੇ ਵੀ ਰਾਜੇ ਇੱਕ ਵਾਰੀ ਪਹਿਲਾਂ ਵੀਡੀਓ ਬਣਾਈ ਸੀ ਇੱਕ ਥੋੜੀਆਂ ਜਿਹੀਆਂ ਉਹਦੇ ਵਿੱਚ ਇੱਕ ਦੋ ਚੀਜ਼ਾਂ ਐਡ ਕੀਤੀਆਂ ਕਿਉਂਕਿ ਜਿਵੇਂ ਜਿਵੇਂ ਬੱਚੇ ਦੀ ਮੈਨੂੰ ਇਨਕੁਆਰੀ ਆਉਂਦੀ ਹੈ ਉਹ ਮੈਨੂੰ ਦੱਸਣਾ ਪੈਂਦਾ ਕਿ ਕੀ ਬੱਚੇ ਨੂੰ ਕਿਸ ਨੂੰ ਪ੍ਰੋਬਲਮ ਆ ਰਹੀ ਹੈ ਕੀ ਨਹੀਂ ਆ ਰਹੀ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂਗਾ ਵੀਡੀਓ ਬੜੀ ਲੰਬੀ ਦੀ ਵੀਡੀਓ ਦੇ ਵਿੱਚ ਬਣੇ ਰਹੋ ਬਾਕੀ ਰਾਜੇ ਪੰਜਾਬ ਪੁਲਿਸ ਦੇ ਸਾਰੇ ਪੇਪਰ ਨੇ ਤਿਆਰੀ ਵਾਸਤੇ ਠੀਕ ਹੈ ਜੀ ਤੇ ਆਪਣੇ ਜਨ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਓ ਹਰ ਤਿਆਰੀ ਰਾਜੇ ਸੌਖੇ ਤੇ ਵਧੀਆ ਆਲ ਪੰਜਾਬ ਐਗਜ਼ਾਮ ਜੀ ਚ ਗਰੁੱਪ ਡੀ ਵੀ ਕਵਰ ਹੋਊਗਾ राजे ਤੁਹਾਡਾ ਆਲ ਕਲਰ ਐਗਜ਼ਾਮ ਇੰਨਾ ਸਿਰਫ राजे ਚਾਰ ਕਵੈਚਾਂ ਦੀ ਜੇਕਰ ਕੋਈ ਕੈਂਡੀਡੇਟ ਤਿਆਰੀ ਕਰਨਾ ਚਾਹੁੰਦਾਗਾ ਉਹ ਆਪਣੀ ਐਪ ਤੋਂ ਕਰ ਸਕਦਾ ਹੈ ਐਪ ਦਾ ਨਾਮ ਹੈਗਾ ਦੀਪੂ ਲਰ ਐਜੂਕੇਸ਼ਨ राजे ਜਿੰਨਾ ਬੱਚਾ ਕੋਲ ਆਈਫੋਨ ਹੋਵੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਕਲਾਸ ਪਲੱਸ 에 ਕੋਡ ਵੀ ਫਿਲ ਕਰਨਾ ਡਬਲ ਐਕਸ ਰਹਿਮਾ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਇਹ ਬੈਚ ਦੇ ਵਿੱਚ राजे ਤੁਹਾਨੂੰ ਲੈਕਚਰ ਮਿਲਣਗੇ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਸਾਰੇ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੀਆਂ ਬੇਰ ਪੀਡੀਐਫ ਮਿਲਣਗੇ राजे ਇੰਗਲਿਸ਼ ਪਲੱਸ ਮੈਥ राजे ਤੁਹਾਨੂੰ ਟ੍ਰਿਕਸ ਦੇ ਨਾਲ ਰੈਟੇਰੀ ਲਵਾਏ ਜਾਣਗੇ ਟ੍ਰਿਕਸ ਦੇ ਨਾਲ ਕਰਵਾਇਆ ਜਾਊਗਾ राजे ਤੇ ਜਿਹੜੇ ਬੱਚੇ राजे ਪਹਿਲੀ ਵਾਰ ਤਿਆਰੀ ਕਰ ਰਹੇ ਆ ਠੀਕ ਹੈ ਜੀ ਬਾਕੀ ਤੁਹਾਨੂੰ ਆਪਣਾ ਰਿਜ਼ਲਟ ਪਤਾ ਇਸ ਵਾਰ ਕਿੰਨਾ ਸ਼ਾਨਦਾਰ ਰਿਜ਼ਲਟ ਰਿਹਾ ਤੇ ਹਰ ਵਾਰੀ ਆਪਾਂ ਚਾਹੁੰਦੇ ਹਾਂ ਕਿ ਆਪਣਾ ਰਿਜ਼ਲਟ ਇਤੋਂ ਵੀ ਅੱਗੇ ਦੀ ਅੱਗੇ ਆਵੇ ਠੀਕ ਹੈ ਜੀ ਤੇ ਆਫਲਾਈਨ ਕਲਾਸਾਂ ਦੇ ਮੁਕਾਬਲੇ 5% ਫੀਸ ਸਰ राजे ਐਪ ਟਿਕ ਵਾਲੀ ਬੈਚ ਨੂੰ ਜ਼ਰੂਰ ਜਾ ਕੇ ਜੇ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਜਿਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਕੰਟੈਂਟ ਮਿਲੇਗਾ ਹੋਰ राजे ਗੱਲ ਕਰਨ ਲੱਗਿਆ ਮੈਂ ਪੰਜਾਬ ਪੁਲਿਸ ਦੀ ਦੇਖੋ ਸਭ ਤੋਂ ਪਹਿਲਾਂ ਗੱਲ ਕਰਨ ਲੱਗਿਆ ਐਸਆਈ ਦੀ ਭਰਤੀ ਬਾਰੇ ਐਸਆਈ ਦੀ ਭਰਤੀ ਤੇ ਇਨਸਪੈਕਟਰ ਦੀ ਭਰਤੀ ਇੰਨਾ ਵੈਕੈਂਸੀਆਂ ਦੀ ਗਿਣਤੀ ਹੈਗੀ ਹੈ ਜੀ 1450 ਇਹ ਵੈਕੈਂਸੀਆਂ ਰਾਜੇ ਤੁਹਾਡੀਆਂ ਫਿਲਹਾਲ ਹੋਣ ਨਹੀਂ ਆਉਣਗੀਆਂ ਹੋ ਤਾਂ ਨੂੰ ਪਤਾ ਕਿ ਕੋਡ ਆਫ ਕੰਡਕਟ ਕਰਕੇ ਠੀਕ ਹੈ ਜੀ ਤੁਹਾਡੀ ਵੈਕੈਂਸੀ ਇਹ ਜਿਹੜੋਂ ਹੁਣ ਕੋਡ ਆਫ ਕੰਡਕਟ ਤੋਂ ਬਾਅਦ ਮੋਦੀ ਸਾਹਿਬ ਦੇ ਜਿਹੜੇ ਵੋਟਾਂ ਪੈ ਗਈਆਂ ਠੀਕ ਹੈ ਜੀ ਲੋਕ ਸਭਾ ਦੀਆਂ ਇਸ ਤੋਂ ਬਾਅਦ ਤੁਹਾਡੀ ਇਹ ਨਾਲ ਦੇ ਨਾਲ ਹੀ ਫਾਰਮ ਇਹ ਭਰਤੀ ਦੇ ਆਨਲਾਈਨ ਹੋ ਜਾਣਗੇ ਤੇ ਇਸੇ ਸਾਲ ਹੀ ਇਹਦਾ ਪੇਪਰ ਹੋਣਾਗਾ ਠੀਕ ਹੈ ਜੀ ਹੁਣ ਗੱਲ ਕਰਦੇ ਆਪਾਂ ਕਾਂਸਟੇਬਲ ਵਾਲੇ ਕੈਂਡੀਡੇਟਾਂ ਵਾਸਤੇ ਹੁਣ ਮੈਨੂੰ ਡੇਲੀ 5 ਤੋਂ 6 ਫੋਨ ਇਹ ਜੇ ਆਉਂਦੇ ਜਿਹਦੇ ਵਿੱਚ ਕੋਈ ਬੱਚਾ ਕਹਿੰਦਾ ਜੀ ਮੇਰੀ ਮਾਦਰ ਦਾ ਨਾਮ ਗਲਤ ਪੈ ਗਿਆ ਕੋਈ ਬੱਚਾ ਕਹਿੰਦਾ ਜੀ ਮੇਰੀ ਕੈਟਾਗਰੀ ਐਸ ਸੀ ਐਮ ਬੀ ਐਮ ਬੀ ਸੀ ਗਲਤੀ ਦੇ ਨਾਲ ਆਰੋਪ ਭਰੀ ਗਈ ਕੋਈ ਕੈਂਡੀਡੇਟ ਕਹਿੰਦਾ ਜੀ ਮੇਰੀ ਕੈਟਾਗਰੀ ਬੀ ਸੀ ਸੀ ਉਹੀ ਥਾਂ ਤੇ ਜਰਨਲ ਭਰਤਾ ਦਾ ਇਹ ਕਾਰਨ ਹੈ ਜੀ ਤੁਹਾਨੂੰ ਮੈਂ ਦੁਬਾਰੇ ਇਹੀ ਗੱਲ ਮੈਂ ਤੁਹਾਨੂੰ ਬਾਰੀ-ਬਾਰੀ ਸਮਝਾ ਰਹੇ ਹਾਂਗਾ ਕਿ ਭਾਈ ਸਾਹਿਬ ਜਦੋਂ ਤੁਸੀਂ ਫਾਰਮ ਭਰਨੇ ਹੁੰਦੇ ਆ ਅੱਖਾਂ ਖੋਲ ਲਿਆ ਕਰੋ ਤੇ ਜਣੇ ਜਣੇ ਜਿਹੜਾ ਫਾਰਮ ਭਰਦਾ ਹੁੰਦਾਗਾ ਉਹ ਇੱਕ ਵਾਰੀ ਪੁੱਛ ਲੇਗੇ ਭਾਈ ਤੇਰੀ ਚਾਹ ਚੂ ਪੀਤੀ ਵੀ ਮਾਰੀ ਮੋਟੀ ਕਿ ਨਹੀਂ ਪੀਤੀ ਹੋਈ ਠੀਕ ਹੈ ਇੱਕ ਦਾ ਪਤੰਦਰ ਉਹ ਨਹੀਂ ਦੇਖਦੇ ਕਾਲੀ ਦੇ ਵਿੱਚ ਉਹਨੂੰ ਇਹ ਹੁੰਦਾ ਕਿ ਕਿਰਾਂਕ ਦਵਾ ਦਵਾ ਫਾਰਮ ਭਰ ਕੇ ਅਗਲੇ ਨੂੰ ਤੋੜ ਕੇ ਅਗਲੇ ਨੂੰ ਤੋੜ ਕੇ ਜੀਰੋ ਆਪਾਂ ਪੈਸੇ ਦੇਣੇ ਰਾਜੇ ਠੀਕ ਹੈ 100 ਰੁਪਏ ਤੁਸੀਂ ਦੇਣਾਗਾ 1000 ਰੁਪਏ 500 ਰੁਪਏ ਫੀਸ ਕਟਾਉਣੀ ਹੈ ਤਾਂ ਤੁਸੀਂ ਰੋਬ ਨਾਲ ਅਗਲੇ ਨੂੰ ਕਿਹਾ ਕਰੋ ਠੀਕ ਹੈ ਜੀ ਕਿ ਪਾਈ ਆ ਫਾਰਮ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ ਕਿ ਭਾਵੇਂ ਦੋ ਵਾਰੀ ਦੇਖ ਕੇ ਭਾਵੇਂ ਤਿੰਨ ਵਾਰੀ ਸਾਹਮਣੇ ਉਹਦਾ ਡਾਕੂਮੈਂਟ ਰੱਖ ਦੋ ਦੂਸਰੀ ਗੱਲ ਇਹ ਨਾ ਕਰਿਆ ਕਰੋ ਕਿ ਅਸੀਂ ਆ ਫਾਰਮ ਭਰਦੇ ਬਾਈ ਅਸੀਂ ਘੰਟੇ ਬਾਅਦ ਉਸ ਪ੍ਰਿੰਟ ਆਊਟ ਫੜ ਕੇ ਲੈ ਜਾਾਂਗੇ ਉਹ ਕੰਪਨੀ ਕਰਨਾ ਈਮੇਲ ਆਈਡੀ ਵੀ ਆਪਦੀ ਭਰਨੀ ਆ ਹੁਣ ਰਾਜੇ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕੈਂਡੀਡੇਟਾਂ ਨੂੰ ਧਿਆਨ ਨਾਲ ਸੁਣ ਲਓ ਜਿਹੜਾ ਤੁਹਾਡਾ ਰਾਜੇ ਜਾਤੀ ਸਰਟੀਫਿਕੇਟ ਆਗਾ ਠੀਕ ਹੈ ਜੀ ਜਰਨਲ ਕੈਟਾਗਰੀ ਨੂੰ ਛੱਡ ਕੇ ਜਰਨ ਕਾਟ ਸਰਟੀਫਿਕੇਟ ਦਾ ਕੋਈ ਸਰਟੀਫਿਕੇਟ ਨਹੀਂ ਹੁੰਦਾ ਠੀਕ ਹੈ ਜੀ ਚਾਹੇ ਉਹ ਐਸਸੀ ਹੈ ਚਾਹੇ ਉਹ ਐਮਬੀ ਹੈ ਐਮਬੀ ਆਰ ਹੋ ਕੁਝ ਵੀ ਹੈ ਰਾਜੇ ਤੁਹਾਡਾ ਜਿਹੜਾ ਕਾਸਟ ਸਰਟੀਫਿਕੇਟ ਆ ਉਹ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਧਿਆਨ ਨਾਲ ਸੁਣ ਲਓ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਤੇ ਤੁਹਾਡਾ ਰੈਜ਼ੀਡੈਂਸ ਰੈਜ਼ੀਡੈਂਟ ਸਰਟੀਫਿਕੇਟ ਅਤੇ ਡੋਮਿਸਾਈਲ ਸਰਟੀਫਿਕੇਟ ਇਹ ਦੋਨੇ ਇੱਕ ਸਰਟੀਫਿਕੇਟ ਦੇ ਹੀ ਨਾਮ ਆਗੇ ਦਵਾਰੇ ਫੇਸ ਹੋਲੋ ਇਹ ਵੀ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਹੁਣ ਬਹੁਤ ਸਾਰੇ ਕੈਂਡੀਡੇਟਾਂ ਨੂੰ ਪ੍ਰੋਬਲਮ ਕੀ ਆ ਰਹੀ ਆ ਉਹ ਕਹਿੰਦੇ ਜੀ ਕਾਹ ਸਰਟੀਫਿਕੇਟ ਜਿਹੜਾ ਸੀ ਅਪਲਾਈ ਕਰਦਾ ਕੋਈ ਕਹਿੰਦਾ ਜੀ ਉਹ ਜਿੱਦੇ ਸਾਡੀ ਆਪਣੀ ਭਾਰਤੀ ਦੇ ਥਾਰਮ ਕੰਪਲੀਟ ਹੋਣੇ ਆ ਲਾਸਟ ਡੇਟ ਆ ਜਿੱਦੇ ਇਦੋਂ ਵੀ ਜੀ ਸਾਨੂੰ 2-3 ਦਿਨ ਅੱਗੇ ਦੇ ਦੇਤੇ ਇਦੋਂ ਵੀ ਸਾਨੂੰ 2-3 ਦਿਨ ਅੱਗੇ ਦੇ ਦੇਤੇ ਹੁਣ ਅਸੀਂ ਕੀ ਕਰੀਏ ਨਹੀਂ ਸਾਡਾ ਫਾਰਮ ਭਰਨ ਮੰਨਿਓ ਰਹਿ ਜੂਗਾ ਠੀਕ ਹੈ ਜੀ ਪਹਿਲੀ ਗੱਲ ਤੜਾ ਜੇ ਜੇਕਰ ਤੁਹਾਡਾ ਕੋਈ ਏਡਾ ਚੱਕਰ ਨਹੀਂ ਹੈਗਾ ਜੇਕਰ ਤੁਹਾਡੇ ਕੋਲੇ ਕੋਈ ਪੁਰਾਣਾ ਜੇਕਰ ਤੁਹਾਡਾ ਜਾਤੀ ਸਰਟੀਫਿਕੇਟ ਨਵਾਂ ਬਣਦਾ 10-15 ਦਿਨਾਂ ਦੇ ਵਿੱਚ ਤਾਂ ਵੈਰੀ ਗੁੱਡ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਘੱਟੋ ਘੱਟ ਲਾਸਟ ਡੇਟ ਤੋਂ 4-5 ਦਿਨ ਪਹਿਲਾਂ ਬਣਾਉਣਾ ਚਾਹੀਦਾ ਕਿਉਂਕਿ ਮੁੜ ਕੇ ਫਾਰਮ ਫੂਰਮ ਨਹੀਂ ਭਰੇ ਜਾਂਦੇ ਤੇ ਫੀਸ ਕਨਫਰਮ ਹੋਣ ਦੇ ਵਿੱਚ ਵੀ ਕਈ ਵਾਰੀ ਟਾਈਮ ਲੱਗ ਜਾਂਦਾ ਹੈਗਾ ਠੀਕ ਹੈ ਜੀ ਤੇ ਤਾਂ ਕਰਕੇ ਮੈਂ ਤੁਹਾਨੂੰ ਇੱਕ ਇਹੀ ਗੱਲ ਬਾਰੀ-ਬਾਰੀ ਕਹਿਣਾ ਚਾਹਣਾ ਹੈ ਜਿਹੜੀ ਗੱਲ ਮੈਂ ਹੁਣ ਤੁਹਾਨੂੰ ਹੁਣ ਕਹਿ ਰਿਹਾ ਹੈਗੇ ਭਾਈ ਸਾਹਿਬ ਕਿ ਜੇ ਤੁਹਾਡਾ ਸਰਟੀਫਿ ਤੇ ਆਪ ਦਾ ਕਾਸਟ ਸਰਟੀਫਿਕੇਟ ਇਹ ਪੁਰਾਣਾ ਅਪਲੋਡ ਕਰ ਸਕਦੇ ਹੋ ਠੀਕ ਹੈ ਜੀ ਪੁਰਾਣਾ ਅਪਲੋਡ ਕਰ ਸਕਦੇ ਹੋ ਕਿਉਂਕਿ ਇਹਦੀ ਤੁਹਾਨੂੰ ਲੋੜ ਪਊਗੀ ਡਾਕੂਮੈਂਟ ਵੈਰੀਫਿਕੇਸ਼ਨ ਵੇਲੇ ਜੋ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਉਦੋਂ ਤੁਸੀਂ ਆਹ ਦਾ ਨਵਾਂ ਸਰਟੀਫਿਕੇਟ ਉਹਨਾਂ ਮੂਰੇ ਪੇਸ਼ ਕਰ ਦੇਣਾਗਾ ਠੀਕ ਹੈ ਜੀ ਇੱਕ ਪ੍ਰੂਫ ਹੀ ਹੁੰਦਾ ਕਿ ਸਾਡੇ ਕੋਲ ਪ੍ਰੂਫ ਹੈਗਾ ਸਾਡਾ ਪੁਰਾਣਾ ਬਣਿਆ ਹੋਇਆ ਨਵੇਂ ਦੇ ਵਿੱਚ ਕੋਈ ਤਾਂ ਕੋਈ ਮਾੜੀ-ਮੋਟੀ ਰੀਨਿਊ ਦੀ ਪ੍ਰੋਬਲਮ ਆ ਹੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਜੇ ਤਾਂ 5 ਸਾਲ ਪੁਰਾਣਾ ਹੈ ਅਪਲਾਈ ਕਰ ਦਿਓ ਠੀਕ ਹੈ ਜੀ 5 ਸਾਲ ਤੋਂ ਘੱਟ-ਘੱਟ ਹੈਗਾ ਫਿਰ ਤੁਹਾਡਾ ਚੱਲ ਜਾਊਗਾ ਹੁਣ ਕੱਚੇ ਬੱਚੇ ਕਹਿਣਗੇ ਸਾਨੂੰ ਕਿ ਮੈਨੂੰ ਪਤਾ ਲੱਗੂ ਸਾਡਾ 5 ਸਾਲ ਪੁਰਾਣਾਗਾ ਤੁਸੀਂ 1 1 2024 ਤੋਂ ਦੇਖਣਾਗਾ 1 1 2024 ਤੋਂ ਦੇਖਣਾ ਉਹ ਤੋਂ ਤੁਹਾਡਾ ਬਣਿਆ ਹੋਣਾ ਚਾਹੀਦਾ 1 1 2020 ਤੱਕ ਦਾ ਆਹ ਡੇਟ ਤੋਂ ਬਾਅਦ ਦਾ ਬਣਿਆ ਹੋਣਾ ਚਾਹੀਦਾ ਤੇ ਆਹ ਡੇਟ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਠੀਕ ਹੈ ਜੀ ਫਿਰ ਅਜੇ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋਗੇ ਠੀਕ ਹੈ ਫਿਰ ਵੀ 4 ਸਾਲ ਬੰਦ ਹੈ ਕਿਉਂਕਿ 24 ਮਾਰਚ ਚੱਲ ਪਿਆ ਤਾਂ ਕਰਕੇ 5 ਸਾਲ ਹੀ ਮੰਨੇ ਜਾਣਗੇ ਇਹ ਠੀਕ ਹੈ ਜੀ ਤਾਂ ਜੇ 5 ਸਾਲ ਤੁਸੀਂ ਦੇਖ ਲਓ ਕੱਢ ਕੇ ਤੁਹਾਡੇ ਬੰਦ ਹੈ ਠੀਕ ਹੈ ਜੀ ਮੇ ਸਾਡੇ 19 ਵਾਲੇ ਵੀ ਆ ਜਾਣਗੇ ਇਹਦੇ ਵਿੱਚ 19 20 21 22 23 24 ਹਾਂ 24 ਵਾਲੇ ਵੀ 19 ਵਾਲੇ ਵੀ ਆ ਜਾਣਗੇ ਜਿਹੜਾ 19 ਵਾਲਾ ਸਰਟੀਫਿਕੇਟ ਵੀ ਅਪਲੋਡ ਹੋ ਜਾਊਗਾ ਕੋਈ ਇਸ਼ੂ ਨਹੀਂ 19 ਤੱਕ 19 20 21 22 23 ਇਹਦਾ ਫਿਰ 5 ਸਾਲ ਬੰਦਿਆ ਹੈ ਨਾ ਬਸ 20 ਵਾਲਾ ਚੱਕ ਲਓ ਜੀ 20 ਵਾਲਾ ਚੱਕ ਲਓ ਠੀਕ ਹੈ ਜੀ 20 ਤੱਕ ਤੇ ਜੇ ਇਦੋਂ ਪੁਰਾਣਾਗਾ ਤਾਂ ਇੱਕ ਵਾਰੀ ਅਪਲਾਈ ਕਰ ਦਿਓ ਇਹਦੇ ਨਾਲ ਤੇ ਇਸ ਤੋਂ ਬਾਅਦ ਤੁਸੀਂ ਜਾ ਕੇ ਉਹਦੇ ਤੋਂ ਕਰਾਓ ਕੋਈ ਬੜਾ ਵੱਡਾ ਇਸ਼ੂ ਨਹੀਂ ਹੈਗਾ ਡਰਨ ਦੀ ਲੋੜ ਨਹੀਂ ਇਹਦੇ ਵਿੱਚ ਕੋਈ ਕਿ ਜੇ ਜੇ ਲੇਟ ਹੋਗਾ ਸਾਡਾ ਫਾਰਮ ਰਿਜੈਕਟ ਹੋ ਜਾ ਕੁਛ ਨਹੀਂ ਹੁੰਦਾ ਇਹ ਜੋ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਉਦੋਂ ਤੁਸੀਂ ਇਹਨਾਂ ਨੂੰ ਪੇਸ਼ ਕਰਨਾ ਪਊਗਾ ਉਦੋਂ ਪੇਸ਼ ਕਰ ਦਿਓ ਤਾਂ ਕਰਕੇ ਕਹਿਣਾ ਕਿ ਹੁਣੇ ਬਣਾ ਕੇ ਰੱਖ ਲਓ ਫਾਇਦਾ ਬਾਅਦ ਵਿੱਚ ਔਖੇ ਹੋਣ ਦੇ ਨਾਲੋਂ ਠੀਕ ਹੈ ਤਾਂ ਜੀ ਤੇ ਬਸ ਆਹੀ ਮੇਰੇ ਤੁਹਾਡੇ ਅੱਗੇ ਬੇਨਤੀ ਸੀ ਬਾਕੀ ਹਰ ਤਰ੍ਹਾਂ ਦੇ ਨਵੀ ਸੈਟ ਤੇ ਸਹੀ ਅਪਡੇਟ ਲਈ ਆਪਣੇ ਜਨ ਨਾਲ ਜੁੜੇ ਰਹੋ ਧੰਨਵਾਦ ਮੇਰੇ ਦੋਸਤੋ ਬਾਕੀ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਲਈ ਆਪਣਾ ਸੁਪਨਾ ਸੱਚਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬੈਚ ਚ ਜੁਆਇਨ ਕਰ ਸਕਦੇ ਹੋ ਤੇ ਜਿਹਦੇ ਵਿੱਚ ਤੁਹਾਡੀਆਂ ਬਹੁਤ ਵਧੀਆ ਕਲਾਸਾਂ ਲਗਾਈਆਂ ਜਾਂਦੀਆਂ ਹਨ